ਪੂਜਾ ਕਰਦੇ ਸੁਣੇ ਹੀ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ ਬਾਰੇ ਜਿਹੜੇ ਇਨਸਾਨ ਨਹੀਂ ਬਲਕਿ ਇੱਕ ਦਰਵੇਸ਼ ਨੇ। ਇਤਿਹਾਸ ਦੱਸਦਾ ਹੈ ਕਿ ਪੰਜ ਪਿਆਰਾ ਚੋਂ ਇੱਕ ਭਾਈ ਦਿਆਲ ਸਿੰਘ ਜੀ ਸਨ, ਜਿਨ੍ਹਾਂ ਨੇ ਔਰੰਗਜ਼ੇਬ ਨੂੰ ਕਿਹਾ ਸੀ ਕਿ ਗੁਰੂ ਘਰ ਦੇ ਕੁੱਕਰ ਵੀ ਕਰਾਮਾਤੇ ਹੋਣਗੇ। ਇਹ ਗੱਲ ਸੱਚ ਹੁੰਦੀ ਪ੍ਰਤੱਖ ਸ਼੍ਰੀ ਗੁਰੂ ਹਜ਼ੂਰ ਸਾਹਿਬ ਦਿਖਦੀ ਹੈ। ਹਰ ਰੋਜ਼ ਸੱਚਖੰਡ ਹਜ਼ੂਰ ਸਾਹਿਬ ਤੋਂ ਗੋਦਾਵਰੀ ਨਦੀ ਦੇ ਕੰਢੇ ਦੀ ਗਾਗਰ ਭਰਨ ਦੀ ਸੇਵਾ ਵੇਲੇ ਇਹ ਅੰਨਾ ਕੁੱਤਾ ਨਾਲ ਜਾਂਦਾ ਹੈ। ਇਹ ਗੱਲ ਅਸੀਂ ਖੁਦ ਨਹੀਂ ਕਹਿ ਰਹੇ, ਜੇਕਰ ਤੁਸੀਂ ਹਜ਼ੂਰ ਸਾਹਿਬ ਜਾਓ ਤਾਂ ਗੁਰਦੁਆਰਾ ਲੰਗਰ ਸਾਹਿਬ ਦੇ ਜੂੜੀ ਦੇ ਸੱਜੇ ਪਾਸੇ ਇਹ ਕੁੱਤੇ ਨੂੰ ਜ਼ਰੂਰ ਦੇਖਣਾ। ਸੇਵਾਦਾਰਾਂ ਵੱਲੋਂ ਵਿਸ਼ੇਸ਼ ਕੂਲਰ ਇਸ ਵਾਸਤੇ ਲਗਾਇਆ ਗਿਆ ਹੈ, ਹਜ਼ੂਰ ਸਾਹਿਬ ਦੀ ਮਿਲੀ ਜਾਣਕਾਰੀ ਅਨੁਸਾਰ ਇਹ ਕੁੱਤਾ ਅੱਖਾਂ ਤੋਂ ਅੰਨਾ ਹੈ, ਪਰ ਸੂਰਤ ਇਸਦੀ ਪੂਰੀ ਕਾਇਮ ਹੈ। ਇਹ ਕੋਈ ਆਮ ਕੁੱਤਾ ਨਹੀਂ, ਸਗੋਂ ਕੋਈ ਵਿਲੱਖਣ ਰੂਹ ਹੀ ਲੱਗਦੀ ਹੈ। ਜਦੋਂ ਸਵੇਰੇ 2 ਵਜੇ ਗੁਰਦੁਆਰਾ ਹਜ਼ੂਰ ਸਾਹਿਬ ਤੋਂ ਸੰਗਤਾਂ ਤੇ ਸੇਵਾਦਾਰ ਗੋਦਾਵਰੀ ਨਦੀ ਤੇ ਜਲ ਦੀ ਗਾਗਰ ਭਰਨ ਜਾਂਦੀਆਂ ਨੇ ਤਾਂ ਇਹ ਕੁੱਤਾ ਰੋਜ਼ਾਨਾ ਨਾਲ ਹੀ ਜਾਂਦਾ ਹੈ। ਅੱਖਾਂ ਤੋਂ ਨਾ ਦਿਸਣ ਦੇ ਬਾਵਜੂਦ ਵੀ ਇਹ ਕੁੱਤਾ ਕਈ ਸਾਲਾਂ ਤੋਂ ਨਿਰੰਤਰ ਇਹ ਸੇਵਾ ਨਿਭਾ ਰਿਹਾ ਹੈ। ਇਹ ਕੁੱਤਾ ਨਾ ਤਾਂ ਕਿਸੇ ਨੂੰ ਭੌਂਕਦਾ ਹੈ ਤੇ ਨਾ ਹੀ ਕਿਸੇ ਨੂੰ ਕੁਝ ਕਹਿੰਦਾ ਹੈ, ਬਸ ਸ਼ਾਂਤੀ ਨਾਲ ਲੰਗਰ ਸਾਹਿਬ ਦੀ ਡੂੜੀ ਤੇ ਬੈਠਾ ਹੀ ਰਹਿੰਦਾ ਹੈ। ਇਸ ਅਨੋਖੇ ਨਜ਼ਾਰੇ ਨੂੰ ਦੇਖ ਕੇ ਸਭ ਹੈਰਾਨ ਹੁੰਦੇ ਨੇ। ਇਸ ਗੱਲ ਦਾ ਸਰਾਸਰ ਸੱਚ ਤੁਸੀਂ ਹਜ਼ੂਰ ਸਾਹਿਬ ਜਾ ਕੇ ਆਪਣੇ ਅੱਖੀ ਵੇਖ ਸਕਦੇ ਹੋ। ਉਹਦੇ ਬਾਰੇ ਕੀ ਆਪਣੀ ਵਾਇਰਲ ਹੋਈ ਕਾਫੀ ਵੀਡੀਓ ਸੀ, ਕਾਫੀ ਟਾਈਮ ਤੋਂ ਪਹਿਲੇ ਇਹਦੇ ਅੱਖਾਂ ਵੀ ਚੰਗੀਆਂ ਸੀ ਤੇ ਇਹਦੀ ਮਾਂ ਪਹਿਲੇ ਸਾਡੇ ਨਾਲ ਆਉਂਦੀ ਸੀ, ਇਹਦੀ ਮਾਂ ਉਹਨੇ ਕਾਫੀ ਟਾਈਮ ਸੇਵਾ ਕੀਤੀ ਇੱਦਾਂ ਤੇ ਉਹਦੇ ਬਾਅਦ ਫਿਰ ਉਹਦੀ ਡੈਥ ਹੋ ਗਈ ਵਿਚਾਰਾ, ਇਹ ਫਿਰ ਉਹਦਾ ਬੱਚਾ ਸੀ, ਫਿਰ ਇਹ ਆਉਣ ਲੱਗਿਆ। ਇਹਨੂੰ ਹੁਣ ਸੰਗਤ ਨੇ ਨਾ ਪ੍ਰਸ਼ਾਦ ਪਾ ਪਾ ਕੇ ਨਾ ਇਹ ਕੁੱਤੇ ਨੂੰ ਮਿੱਠਾ ਨਹੀਂ ਚਾਹੀਦਾ, ਉਹਦੇ ਨਾਲ ਇਹਦੇ ਅੱਖਾਂ 'ਚ ਲਈ, ਲੇਕਿਨ ਉਹ ਮਹਾਰਾਜ ਦੀ ਇਹਦੀ ਕਿਰਪਾ ਹੈ, ਉਹ ਸਤਨਾਮ ਵਾਹਿਗੁਰੂ ਦਾ ਟਾਈਮ ਦਾ ਨਾਮ ਦਾ ਪਤਾ ਹੈ ਉਹਨੂੰ, ਉਸ ਟਾਈਮ ਬਰਾਬਰ ਗਾਗਰ ਦੇ ਨਾਲ ਪਹੁੰਚ ਜਾਂਦਾ। ਅੱਛਾ, ਹਾਂ, ਇਹ ਬਚਪਨ ਤੋਂ ਨਾਲ ਹੀ ਤੁਰਿਆ ਰਹਿੰਦਾ। ਬਚਪਨ ਤੋਂ ਇਸ ਤਰ੍ਹਾਂ ਸੀ? ਹਾਂਜੀ, ਨਹੀਂ ਬਚਪਨ ਤੋਂ ਬਹੁਤ ਵਧੀਆ ਸੀ, ਸੰਗਤ ਪ੍ਰਸ਼ਾਦ ਪਾ ਦਿੰਦੀ ਸੀ ਨਾ, ਮਿੱਠਾ ਪਾ ਦਿੰਦੀ ਸੀ, ਫਿਰ ਉਹਦੇ ਬਾਅਦ ਇਹਦੇ ਅੱਖਾਂ ਖਰਾਬ ਹੋ ਗਈਆਂ। ਜਿੰਨਾ ਮਿੱਠਾ ਕੱਢ ਪਾ ਓਨਾ ਚੰਗਾ, ਹਾਂਜੀ, ਉਹਦੇ ਕਰਕੇ ਵਿਚਾਰਾ ਠੀਕ ਹੋ ਗਿਆ, ਖਰਾਬ ਹੋ ਗਿਆ ਅੱਖਾਂ ਦਾ, ਹੁਣ ਉਹ ਕੰਨਾਂ ਨਾਲ ਸੁਣ ਕੇ ਚੱਲਦਾ ਹੈ। ਕਿੰਨੇ ਸਾਲ ਹੋ ਗਏ ਨਾਲ ਚੱਲਦੇ ਹੋ? ਪਹਿਲੇ ਤਾਂ ਸੱਚਖੰਡ ਦਿਖਾਉਂਦਾ ਸੀ, ਹੁਣ ਉੱਥੇ ਸ਼ੁਰੂ ਹੋ ਗਿਆ। ਇਹਦੀ ਮਾਂ ਤਾਂ ਸਾਨੂੰ ਕਦੇ ਆ ਕੇ ਉਠਾ ਵੀ ਦਿੰਦੀ ਸੀ, ਕਦੇ ਸੀ ਬਾਈ ਚਾਂਸ 5-10 ਮਿੰਟ ਲੇਟ ਹੋ ਜਾਂਦੀ ਸੀ ਨਾ ਆਉਣ ਨੂੰ, ਤੇ ਆ ਕੇ ਡੋਰ ਘੜਦੀ ਸੀ। ਸੋ ਇਹ ਸੀ ਬੁਲੰਦ ਟੀਵੀ ਦੀ ਖਾਸ ਰਿਪੋਰਟ, ਦੁਬਾਰਾ ਫਿਰ ਲੈ ਕੇ ਹਾਜ਼ਰ ਹੋਵਾਂਗੇ ਇਹੋ ਜਿਹੀ ਸੱਚੀ ਘਟਨਾਵਾਂ, ਤਦ ਤੱਕ ਲਈ ਦੋ ਇਜਾਜ਼ਤ, ਧੰਨਵਾਦ।